अगले पासे जी चोरां दी चोरी दी गल करदे आ, हौसले नूं सलाम है जी। अज तो पहला चोर कारां चोरी करदे सीगे, मोटरसाइकिल चोरी कर लैंदे सी, इवन की कोई ट्रक ट्रुक भी लै जांदा सी खसका के। ते इक हैर तंगेज तां इधर पंजाब वाले पासे चोर ने कीता सीगा जी, रोडवेज दी बस चोरी कर ली सीगी। ओह सुरखियां दे विच सी वी अपने आप ते इक नवेकली जी खबर हैगी यार, रोडवेज दी बस चोर ने चोरी कर ली, पर आ इक चोर ने सारिआं नूं पिछे छड्डता, हैलीकाप्टर चोरी कर लिया जी। ओदों बाद बस फिर माड़ा मोटा किते देखिया होगा वी आ ऐ फड़ मतलब चोर आपां गड्डियां चोरी दियां तस्वीरां रोज देखदे आं, खबरां रोज पढ़दे आं, कैनेडा दे विच गड्डी चोरी दियां वारदातां वध गईआं जी, फलाणी 11,000-12,000 उत्थों चोरी हो गईआं जी, ग्रेटर ਟੋਰਾਂਟੋ ਏਰੀਆ ਦੇ ਵਿੱਚ ਆ ਹੋ ਗਿਆ ਜੀ, ਹੁਣ ਉਹਨਾਂ ਨੇ ਯੰਤਰ ਜੇ ਦੇਤੇ ਤੇ ਆ ਤੁਸੀਂ ਲਾ ਲਓ, ਇਹਦੇ ਨਾਲ ਚੋਰੀਆਂ ਰੁਕ ਜਾਣਗੀਆਂ। ਪਰ ਜਦੋਂ ਬੰਦਾ ਹੈਲੀਕਾਪਟਰ ਚੋਰੀ ਕਰਨ ਤੇ ਆ ਜੇ ਜੀ ਤਾਂ ਅੱਤ ਹੈ ਬਸ, ਪਹਿਲਾਂ ਤਾਂ ਆਪਣੇ ਆਪ ਦੇ ਵਿੱਚ ਬੰਦਾ ਸਿਰ ਫਰਾਈ ਅਖਵਾਊਗਾ ਕਿ ਯਾਰ ਚੋਰੀ ਕਰਨ ਚੱਲਿਆ ਤੂੰ ਦਿਮਾਗ, ਵੈਸੇ ਤਾਂ ਇਹ ਗਲਤ, ਆਪਾਂ ਇਹਨੂੰ ਕੋਈ ਉਹ ਨਹੀਂ ਕਰ ਸਕਦੇ ਕਿ ਹਰ ਚੀਜ਼ ਕਿਸੇ ਦੀ ਹੱਕ ਦੀ ਕਮਾਈ ਤੇ ਹੱਥ ਪਾਉਣਾ ਸਰਾਸਰ ਗਲਤ ਹੁੰਦਾ। ਪਰ ਬੰਦਾ ਚੋਰੀ ਕਰਨ ਜਾ ਰਿਹਾ ਹੈਲੀਕਾਪਟਰ ਤੇ, ਫਿਰ ਅੱਗੇ ਉਸਨੂੰ ਕਹਿ ਸਕਦੇ ਆ ਉਡਾਉਣਾ ਨਹੀਂ ਆਉਂਦਾ ਜੀ। ਹੁਣ ਆਪਾਂ ਇੱਕ ਮੰਨ ਲੈਂਦੇ ਹਾਂ, ਇੱਕ ਦਿਮਾਗ ਦੇ ਵਿੱਚ ਕਿਸੇ ਦੇ ਆ ਗਿਆ ਕਿ ਹਾਂਜੀ ਆਹ ਗੱਡੀ ਖੜੀ ਹੈ ਯਾਰ, ਚਾਬੀ ਵਿੱਚ ਲੱਗੀ ਹੈ, ਮੈਂ ਭਜਾ ਕੇ ਲੈ ਜਾਂਦਾ, ਤੇ ਉਹ ਜੇ ਗੱਡੀ ਚਲਾਉਣੀ ਆਉਂਦੀ ਹੋਊ ਤਾਂ ਹੀ ਰੋੜ ਕੇ ਲੈ ਕੇ ਜਾਊਗਾ ਉਹ, ਬਿਲਕੁਲ। ਤੇ ਉਹ ਗੱਡੀ ਚਲਾਉਣੀ ਨਹੀਂ ਆਉਂਦੀ ਤਾਂ ਉਹਦਾ ਬੇਕਾਰ ਹੈ, ਉਹਦੇ ਵਾਸਤੇ ਜ਼ੀਰੋ ਹੈ ਉਹ, ਕਿਤੇ ਨਾ ਕਿਤੇ ਜਾ ਕੇ ਕੋਈ ਬੰਦੇ ਹੇਠ ਦੇਊਗਾ ਉਹ। ਆਹੀ ਕੰਮ ਇੱਥੇ ਹੋਇਆ, ਸੈਕਰਾਮੈਂਟੋ ਐਗਜ਼ੈਕਟਿਵ ਏਅਰਪੋਰਟ ਦੀ ਗੱਲ ਹੈ ਜੀ ਇਹ, ਬੁੱਧਵਾਰ ਦੀ, ਤੇ ਬੰਦਾ ਪਤਾ ਨਹੀਂ ਕੀ ਉਹਦੇ ਦਿਮਾਗ ਦੇ ਵਿੱਚ ਆਇਆ, ਕਹਿੰਦਾ ਮੈਂ ਤਾਂ ਹੈਲੀਕਾਪਟਰ ਲੈ ਕੇ ਜਾਣਾ ਜੀ, ਬਸ ਹੈਲੀਕਾਪਟਰ ਚੋਰੀ ਕਰਨਾ ਜੀ। ਮਾੜਾ ਮੋਟਾ ਕਿਤੇ ਉਹਨੂੰ ਬਸ ਇਹ ਪਤਾ ਹੋਣਾ ਵੀ ਹਾਂ ਸੱਜੇ ਨੂੰ ਕਰਕੇ ਤਾਂ ਚੌਥਾ ਗੇਅਰ ਪੈ ਜਾਂਦਾ, ਜਾਂ ਖੱਬੇ ਨੂੰ ਕਰਕੇ ਪਹਿਲਾ ਗੇਅਰ ਪੈ ਜਾਂਦਾ, ਮਾੜਾ ਮੋਟਾ ਨੋ ਹਾਊ ਸੀਗੀ ਕਿ ਹੈਲੀਕਾਪਟਰ ਨੂੰ ਤੁਸੀਂ ਟੇਕ ਆਫ ਕਿਵੇਂ ਕਰਵਾ ਸਕਦੇ ਹੋ, ਉਹ ਬਸ ਮਾੜੀ ਮੋਟੀ ਨੋ ਹਾਊ ਨੇ ਕਰਵਾਤਾ ਇਹਦਾ ਕੰਮ। ਇੱਕ ਵਾਰੀ ਹਵਾ ਦੇ ਵਿੱਚ ਉੱਠਿਆ 2-4-10 ਫੁੱਟ, ਉਦੋਂ ਮੁੜ ਕੇ ਪਤਾ ਨਹੀਂ ਸੀ ਵੀ ਇੱਕ ਵਾਰ ਜੇ ਹਵਾ ਦੇ ਵਿੱਚ ਉੱਠ ਰਿਹਾ ਤਾਂ ਕਿੰਨੀ ਕੁ ਦੇਰ ਉਹਨੂੰ ਹੋਲਡ ਕਰਨਾ ਤੇ ਫਿਰ ਅੱਗੇ ਮੂਵ ਕਿਵੇਂ ਕਰਨਾ। ਤੇ ਉਹ ਬੰਦੇ ਨੇ ਜਦੋਂ ਇੱਕ ਵਾਰੀ ਤੋਰਤਾ ਲਿਆ, ਜਿਹਨੂੰ ਕਹਿ ਸਕਦੇ ਆ ਉਡਾ ਤਾਂ ਲਿਆ, ਇੱਕ ਵਾਰੀ ਧਰਤੀ ਤੋਂ ਉਹਦਾ ਉੱਠ ਖੜਿਆ, ਪਰ ਉਸ ਤੋਂ ਬਾਅਦ ਅਜਿਹੇ ਹਾਲਾਤ ਵਿਗੜੇ ਕਿ ਮੂਧੇ ਮੂੰਹ ਆ ਡਿੱਗ ਗਿਆ। ਤੁਸੀਂ ਦੇਖ ਸਕਦੇ ਹੋ ਰੋਟਰ ਹੈ ਜਿਹੜਾ ਉਹਦਾ, ਜਿਹੜੇ ਖੰਭ ਕਹਿ ਲਈਏ ਜੇ ਆਪਾਂ ਸੌਖੇ ਤਰੀਕੇ ਦੇ ਵਿੱਚ, ਉਹ ਕੋਈ ਨਜ਼ਰ ਹੀ ਨਹੀਂ ਹੈਗਾ, ਆਲੇ ਦੁਆਲੇ ਵਾਲੇ ਜਿਹੜੇ ਪਰਜੇ ਨੇ ਬਸ ਸੈਂਟਰ ਪੁਆਇੰਟ ਹੈਗਾ ਮੋਟਰ ਜੀ, ਤੇ ਉਹ ਸਾਰੇ ਪਰਖ 'ਚ ਉੱਡ ਗਏ। ਤੇ ਇੱਥੇ ਹੁਣ ਬਲਾਸਟ ਵੀ ਹੋ ਸਕਦਾ ਸੀ, ਦੇਖੋ ਉਹਦੇ ਵਿੱਚ ਮਾਲੀ ਤੇ ਜਾਨੀ ਦੋਵੇਂ ਹੁੰਦੇ, ਬਿਲਕੁਲ ਫਿਊਲ, ਦੇਖੋ ਉਹਦੇ ਵਿੱਚ ਇਹ ਜਿਹੜੇ ਚਾਹੇ ਹੈਲੀਕਾਪਟਰਸ ਨੇ ਚਾਹੇ ਐਰੋਪਲੇਨਸ ਨੇ, ਬਹੁਤ ਵਧੀਆ ਸਹੂਲਤ ਹੈ, ਪਰ ਜੇ ਤੁਸੀਂ ਇਹਨਾਂ ਨੂੰ ਸਹੀ ਤਰੀਕੇ ਨਾਲ ਹੈਂਡਲ ਨਹੀਂ ਕਰੋਗੇ ਤਾਂ ਇਹ ਜਾਨ ਦਾ ਖੌਅ ਬਣ ਜਾਂਦੇ ਨੇ। ਹੁਣ ਜੇ ਤੁਸੀਂ ਐਰੋਪਲੇਨ ਨੂੰ ਕਿਸੇ ਵਧੀਆ ਤਰੀਕੇ ਨਾਲ ਹੈਂਡਲ ਨਹੀਂ ਕਰਨਾ ਆਉਂਦਾ ਤਾਂ ਜੇ ਉਹ ਕ੍ਰੈਸ਼ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੈ। ਇਹੀ ਹੈਲੀਕਾਪਟਰ ਦੇ ਮਾਮਲੇ ਦੇ ਵਿੱਚ ਬਲਾਸਟ ਹੋ ਜਾਂਦਾ ਫਿਊਲ, ਕਿਉਂਕਿ ਹੁਣ ਇਹ ਤਾਂ ਹੈ ਨੀਗਾ ਤੇਲ ਦੀ ਟੈਂਕੀ ਅੱਡ ਲਟਕਾਈ ਹੋਵੇ, ਵਿੱਚ ਹੀ ਹੁੰਦੀ ਤਾਂ ਵਿੱਚ ਹੀ ਫਿੱਟ ਹੈ ਨਾ, ਤੇ ਫਿਊਲ ਤੋਂ ਬਗੈਰ ਇਹ ਚੱਲ ਨਹੀਂ ਸਕਦਾ ਤੇ ਉਹ ਫਿਊਲ ਹੁੰਦਾ ਵੀ ਜ਼ਿਆਦੇ ਹੈ, ਬਿਲਕੁਲ ਇਨਫਲੇਮੇਬਲ ਬਹੁਤ ਜ਼ਿਆਦਾ ਹੁੰਦਾ ਹੈ, ਜਿਹੜਾ ਜੈਟ ਟਰਬਾਈਨ ਫਿਊਲ ਹੁੰਦਾ ਹੈ ਬਹੁਤ ਜ਼ਿਆਦਾ ਇਨਫਲੇਮੇਬਲ ਹੁੰਦਾ ਹੈ, ਤੇ ਉਹਦੇ ਕਰਕੇ ਬਲਾਸਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ। ਪਰ ਇਹ ਕਹਿ ਸਕਦੇ ਹਾਂ ਕਿ ਥੋੜੀ ਜਿਹੀ ਉਚਾਈ ਤੋਂ ਹੀ ਇਹ ਹੈਲੀਕਾਪਟਰ ਡਿੱਗਿਆ ਸੀ ਤੇ ਬਚਾ ਰਹਿ ਗਿਆ ਕਹਿ ਸਕਦੇ ਹਾਂ, ਪਰ ਕੁੱਲ ਮਿਲਾ ਕੇ ਜੇ ਕਹਿ ਸਕਦੇ ਹਾਂ ਚੋਰ ਦੀ ਸੋਚ ਦੀ ਦਾਤ ਦੇਣੀ ਬਣਦੀ ਹੈ ਕਿ ਉਹ ਏਅਰਪੋਰਟ ਵੇਚਣਾ ਕਿੱਥੇ ਸੀਗਾ ਜੀ, ਉਹਨੇ ਕੋਈ ਦੱਸਿਆ? ਇੱਕ ਕਦੇ ਹੁੰਦਾ ਨਾ ਜੀ, ਜੇ ਹੁਣ ਚਲੋ ਜਿਵੇਂ ਆਪਾਂ ਗੱਡੀ ਦੀ ਤੁਸੀਂ ਵੀ ਗੱਲ ਸੁਣਾਈ ਹੈ, ਗੱਡੀ ਨੂੰ ਆਪਾਂ ਸੜਕੋ ਸੜਕ ਤੋਰ ਲਾਂਗੇ, ਪਹਿਲੇ ਗੇਅਰ 'ਚ ਤੋਰ ਲਾਂਗੇ, ਪਰ ਆਹ ਤਰੀਕਾ ਜਾਂ ਤਾਂ ਉਹਨੇ ਕੋਈ ਯੂਟਿਊਬ ਤੋਂ ਕੋਈ ਵੀਡੀਓ ਵਗੈਰਾ ਦੇਖੀ ਹੋਊਗੀ, ਜਾਂ ਫਿਰ ਕੋਈ ਤਜਰਬੇਕਾਰ ਬੰਦੇ ਤੋਂ ਮਾੜਾ ਮੋਟਾ ਉਹਨੇ ਸਿੱਖਿਆ ਹੋਊਗਾ ਵੀ ਗੱਲਬਾਤ ਕੀਤੀ ਹੋਊਗੀ ਯਾਰ ਆਹ ਕੰਮ ਆਹ ਕੰਮ, ਕਿਉਂਕਿ ਜਮਾਂ ਜਾਣ ਬੰਦਾ ਤਾਂ ਇਹਦੇ ਵਿੱਚ ਨਹੀਂ ਬਹਿ ਸਕਦਾ। ਬਿਲਕੁਲ, ਇਹ ਤਾਂ ਹਾਲਾਤ ਹੀ ਆਪਾਂ ਕਹਾਂਗੇ